ਮੌਸਮ ਖਰਾਬ ਹੈ ਫਲਾਈਟਾਂ ਦੀ ਤਿਆਰੀ ਹੈ, ਫਲਾਈਟ ਉੱਧਰ ਉੱਡ ਰਹੀ ਹੈ ਦੁਬਾਰੇ, ਕੋਈ ਉਹਦਾ ਮਤਲਬ ਨਹੀਂ ਕੋਈ ਨਹੀਂ ਉਹਨਾਂ ਨੂੰ। ਉਹ ਕਿੱਧਰ ਗਏ? ਉਹ ਵੀ ਦੁਬਈ ਦੁਬਈ ਦੀ ਹੈ ਜੀ, ਦੁਬਈ ਉੱਥੇ ਉੱਡੀ ਹੈ ਫਲਾਈਟ, ਉੱਧਰ ਆ ਰਹੀ ਹੈ ਜਾ ਰਹੀ ਹੈ। ਓਕੇ ਭਾਈ ਨੇ ਕੈਨੇਡਾ ਜਾਣਾ ਦੀ ਸਟੇ ਆ ਦੁਬਈ ਦੇ ਵਿੱਚ, ਇਹਨੂੰ ਨਹੀਂ ਕੋਈ ਵੀ ਕੋਈ ਨਹੀਂ, ਇਹ ਕੱਲ ਵੀ ਮੁੜ ਕੇ ਗਿਆ। ਭਾਈ ਮੇਰਾ ਨਾਮ ਸੁਖਵਿੰਦਰ ਸਿੰਘ ਹੈ, ਆਪਣਾ ਪਿੰਡ ਉੜਾਪੜ ਜ਼ਿਲ੍ਹਾ ਨਵਾਂਸ਼ਹਿਰ ਹੈ, ਠੀਕ ਹੈ ਜੀ। ਅਤੇ ਵੀਰੇ ਅਸੀਂ ਕੱਲ੍ਹ ਵੀ ਸਾਡੀ ਫਲੈਟ ਸੀਗੀ, 17 ਤਰੀਕ ਦੀ ਸੀਗੀ, ਇਹਨਾਂ ਨੇ ਦੂਜਾ ਕਰ ਦਿੱਤਾ, ਕਹਿੰਦੇ ਵੈਦਰ ਸਹੀ ਨਹੀਂ ਹੈਗਾ, ਅਸੀਂ ਮੰਨ ਗਏ ਚਲੋ ਠੀਕ ਹੈ, ਅਸੀਂ ਉੱਧਰੋਂ ਆਏ ਹਾਂ, ਠੀਕ ਹੈ। ਅਤੇ ਮੰਨ ਗਏ, ਅੱਜ ਫਿਰ ਇਹਨਾਂ ਨੇ ਵਾਪਸ ਸਾਨੂੰ ਕਿਹਾ, ਕਹਿੰਦੇ ਅੱਜ ਆ ਜਾਓ ਸਾਨੂੰ, ਅਸੀਂ ਇੱਥੇ ਪਹੁੰਚਣ ਲੱਗੇ ਅੱਧਾ ਘੰਟਾ ਮੈਸੇਜ ਪਹਿਲਾਂ ਆਇਆ, ਕਹਿੰਦੇ ਸਾਡੀ ਫਲੈਟ ਕੈਂਸਲ ਹੋ ਗਈ ਆ, ਠੀਕ ਹੈ। ਆਹ ਏਅਰ ਇੰਡੀਆ ਐਕਸਪ੍ਰੈਸ ਹੈ, ਠੀਕ ਹੈ ਜੀ, ਉੱਧਰੋਂ ਹੁਣ ਸਾਨੂੰ ਕਹਿੰਦੇ ਤੁਸੀਂ ਕੁਛ ਨਹੀਂ, ਸਾਡਾ ਅਸੀਂ ਹੱਲ ਨਹੀਂ ਕਰ ਸਕਦੇ। ਵੀਰੇ ਮੇਰੀ ਉੱਥੇ ਪਹਿਲਾਂ ਡਬਈ ਜਾਣਾ, ਡਬਈ ਤੋਂ ਮੇਰੀ ਅੱਗੇ ਉੱਥੇ ਟੋਰਾਂਟੋ ਦੀ ਆਪਣੇ ਜਾਣਾ ਆ, ਠੀਕ ਹੈ, ਆਪਣੇ ਟੋਰਾਂਟੋ ਤੱਕ। ਅਤੇ ਹੁਣ ਮੈਂ ਦੱਸੋ ਕੀ ਹੱਲ ਕਰ ਸਕਦੇ। ਇਹ ਕਹਿੰਦੇ ਅਸੀਂ ਕੁਛ ਨਹੀਂ ਕਰ ਸਕਦੇ ਹੈਗੇ, ਇਹਨਾਂ ਦੇ ਮੈਨੇਜਰ ਮੁਜੇ ਸਾਰੇ ਭੱਜ ਗਏ, ਇੱਥੇ ਕੋਈ ਗੱਲਬਾਤ ਨਹੀਂ ਕਰ ਰਿਹਾ ਹੈਗਾ, ਸਾਰੇ ਬੰਦੇ ਪਰੇਸ਼ਾਨ ਹੋ ਰਹੇ ਜੀ ਇੱਥੇ। ਕੋਈ ਨਹੀਂ ਦਿੱਤੀ ਵੀਰੇ, ਅੱਧਾ ਘੰਟਾ ਪਹਿਲਾਂ ਮੈਸੇਜ ਆਇਆ ਸਾਨੂੰ, ਕਹਿੰਦੇ ਤੁਹਾਡੀ ਫਲਾਈਟ ਕੈਂਸਲ ਆ। ਅਤੇ ਨਾ ਹੁਣ ਸਾਡਾ ਹੁਣ ਵੀਰੇ ਬਾਹਰ ਵੀ ਹੁੰਦਾ ਸਾਰਾ ਕੁਛ, ਫਲਾਈਟਾਂ ਕੈਂਸਲ ਹੋ ਜਾਂਦੀਆਂ, ਉਹ ਸਾਰਾ ਕੁਛ ਕਰਕੇ ਦਿੰਦੇ ਨੇ ਸਾਰਾ ਕੁਛ। ਹੁਣ ਵੀਰੇ ਮੇਰੀ 1:55 ਦੀ ਹੈ ਸਵੇਰ ਦੀ ਫਲਾਈਟ ਹੈ ਉੱਥੋਂ ਆਪਣਾ ਕੈਨੇਡਾ ਦੀ, ਠੀਕ ਹੈ। ਹੁਣ ਮੈਂ ਕੀ ਕਰ ਸਕਦਾ ਦੱਸੋ ਵੀਰੇ, 6-7 ਲੱਖ ਰੁਪਏ ਦਾ ਨੁਕਸਾਨ ਹੈ ਮੇਰੇ ਇਕੱਲੇ ਬੰਦੇ ਦਾ, ਬਾਕੀ ਹੋਰ ਭਾਅ ਜੀ ਉਹਨਾਂ ਦਾ ਪਤਾ ਨਹੀਂ ਕਿੰਨਾ ਆ, ਉਹ 5 ਜਣੇ ਆ ਬੰਦੇ, ਉਹ ਵੀ ਕੈਨੇਡਾ ਜਾਣਾ ਉਹਨਾਂ ਨੇ, ਉਹਨਾਂ ਦੇਖ ਲਓ ਕਿੰਨਾ ਨੁਕਸਾਨ ਹੈ ਭਾਅ ਜੀ। ਇੱਕ ਟਿਕਟ $3,000 ਦੀ ਮਿਲਦੀ ਹੈ ਵੀਰੇ, ਬਾਈ ਉਹ ਕਹਿੰਦੇ ਰਿਫੰਡ ਕਰ ਦਿੰਦੇ, ਰਿਫੰਡ ਨਾ ਵੀਰੇ 35,000 ਦਾ ਮੇਰਾ ਕੀ ਬਣਨਾ, ਮੇਰਾ 7,000 ਦਾ ਨੁਕਸਾਨ ਹੋ ਰਿਹਾ ਆ, 7 ਲੱਖ ਦਾ ਨੁਕਸਾਨ ਹੋ ਰਿਹਾ। ਇੱਕ ਬੰਦੇ ਦੀ ਟਿਕਟ ਹੈਗੀ ਆ $3,000-4,000 ਦੀ ਵੀਰੋ, ਹੁਣ ਸਿੱਧੀ ਅਸੀਂ ਕਰਦੇ ਹਾਂ, ਅਸੀਂ 2 ਜਣੇ ਆ ਅਤੇ ਹੋਰ ਫੈਮਿਲੀ ਵਾਲੇ 5-5 ਬੰਦੇ ਬੈਠੇ ਨੇ, ਸਾਰਿਆਂ ਨੇ ਗੱਲ ਹੋਈ ਆ, ਉਹ ਗੱਲ ਨਹੀਂ ਕਰ ਗਿਆ, ਉਹ ਕਿਹੜਾ ਇਹਨਾਂ ਦਾ ਹੈਗਾ ਸਰਦਾਰ ਜਿਹਾ ਇੱਥੇ ਬੰਦਾ ਸੀਗਾ, ਉਹ ਅੰਦਰ ਭੱਜ ਕੇ ਚਲ ਗਿਆ, ਕਹਿੰਦਾ ਮੈਂ ਨਹੀਂ ਕੁਛ ਕਰ ਸਕਦਾ, ਤੁਸੀਂ ਜੋ ਕਰਨਾ ਕਰ ਲਓ, ਕਹਿੰਦੇ ਅਸੀਂ ਤਾਂ ਇੱਦਾਂ ਹੀ ਕਰ ਸਕਦੇ ਹਾਂ, ਕਹਿੰਦਾ ਹਾਂਜੀ ਬਸ ਅਸੀਂ ਸਾਡੇ ਵੱਲੋਂ ਪ੍ਰੋਟੈਸਟ ਕੀਤਾ ਰਹੇ ਕਿ ਜਾ ਰਿਹਾ, ਸਾਡੀ ਕੋਈ ਹੈਲਪ ਕਰੋ, ਸਾਡੀ ਹੋਰ ਵਿੱਚ ਕਿਤੇ ਹੁਣ ਏਅਰਜੈਟ ਆ ਉੱਧਰੋਂ ਆ ਗਈ, ਉੱਧਰੋਂ ਡਿਪਾਰਚਰ ਹੋ ਚੁੱਕੀ ਆ, ਹੁਣ ਇੱਥੇ ਪਹੁੰਚੂਗੀ, ਇੱਧਰੋਂ ਵੀ ਜਾਣੀ ਵਾਪਸ, ਠੀਕ ਹੈ ਜੀ। ਮੇਰਾ ਨਾਮ ਜਸਮਨ ਸਿੰਘ ਹੈ ਜੀ, ਮੈਂ ਬਠਿੰਡੇ ਤੋਂ ਆਇਆ, ਸਾਡੀਆਂ 4 ਟਿਕਟਾਂ ਦੁਬਈ ਦੀਆਂ 28 ਮਾਰਚ ਦੀ ਬੁਕਿੰਗ ਕੀਤੀ ਹੋਈ ਹੈ ਸਾਡੀ, ਅਤੇ ਐਨ ਮੌਕੇ 'ਤੇ ਅਸੀਂ ਇੱਥੇ ਜਦੋਂ ਪਹੁੰਚ ਕੇ 11:36 'ਤੇ ਸਾਨੂੰ ਮੈਸੇਜ ਆਇਆ ਵੀ ਤੁਹਾਡੀ ਬੁਕਿੰਗ ਕੈਂਸਲ ਹੋ ਗਈ ਆ, ਅਸੀਂ ਕਿੱਧਰ ਜਾਈਏ ਬਈ। ਉਦੋਂ ਬਾਅਦ ਈਵਨ ਕਿ ਜਿਨ੍ਹਾਂ ਦੀ 17 ਤਰੀਕ ਨੂੰ ਕੈਂਸਲ ਹੋਈ ਆ ਉਹਨਾਂ ਨੂੰ 19 ਤਰੀਕ 'ਚ ਬਿਠਾ ਤਾ, ਅਤੇ ਜੇ ਅਸੀਂ 19 ਤਰੀਕ ਦੀ ਟਿਕਟ ਲੈਂਦੇ ਹਾਂ ਤਾਂ ਸਾਨੂੰ 65,000 ਦੀ ਮਿਲ ਰਹੀ ਆ, 65,000 ਤਾਂ ਵਰਥ ਇਟ ਨਹੀਂ ਆ ਨਾ, ਉਹ ਤਾਂ ਬਹੁਤ ਮਹਿੰਗਾ ਹੈ ਨਾ, ਜਦ ਸਾਨੂੰ ਉਨੇ ਪੈਸਿਆਂ 'ਚ ਮਿਲਣ ਹੈ ਨਾ, ਵੀ ਜਾਂ ਸਾਨੂੰ 2-3 ਦਿਨਾਂ ਦੀ ਸਟੇਅ ਦੇਣ ਇੱਥੇ, ਅਸੀਂ ਰਹਿਣ ਲਈ ਤਿਆਰ ਹਾਂ, ਵੀ ਠੀਕ ਹੈ ਖਰਚਾ ਕੌਣ ਕਰੂਗਾ, 8,000 ਤਾਂ ਅਸੀਂ ਗੱਡੀ ਕਰਾ ਕੇ ਆਏ ਹਾਂ ਵੀਰੇ ਬਠਿੰਡੇ ਤੋਂ, ਉਹਦਾ ਖਰਚਾ ਕੌਣ ਪੇ ਕਰੂਗਾ। ਹੁਣ 2 ਗੱਡੀਆਂ ਲੈ ਕੇ ਆਏ, ਹੁਣ ਜੇ ਅਸੀਂ ਵਾਪਸ ਵੀ ਜਾਂਦੇ ਹਾਂ 20-21 ਤਰੀਕ ਦੀ ਫਲਾਈਟ ਮਿਲਦੀ ਵੀ ਹੈ ਸਾਨੂੰ, ਉਹ ਸਾਡਾ ਤਾਂ ਡਬਲ ਖਰਚਾ ਪੈ ਗਿਆ ਨਾ, ਸਾਨੂੰ ਤਾਂ 20-25,000 ਸਿਰਫ ਆਉਣ ਜਾਣ ਦਾ ਖਰਚਾ ਪੈ ਗਿਆ। ਅਸੀਂ ਵੀਰੇ ਕੰਮ ਕਰਨ ਵਾਲੇ ਬੰਦੇ ਆਏ ਨਾ, ਅਸੀਂ ਆਏ 20-25,000 2 ਦਿਨਾਂ ਦਾ ਖਰਾਬ ਕਰਨ ਲੱਗ ਗਏ ਤਾਂ ਫਿਰ ਕਿੱਧਰ ਜਾਵਾਂਗੇ ਅਸੀਂ। ਅਸੀਂ ਗੱਲ ਉਹ ਸਿੱਧੇ ਮੂੰਹ ਬੋਲਦੀ ਨਹੀਂ ਵੀਰੇ, ਉਹ ਬਹੁਤ ਵਲਗਰ ਲੈਂਗੁਏਜ ਯੂਜ਼ ਕਰ ਰਹੇ ਨੇ ਸਾਡੇ ਲਈ, ਅਸੀਂ ਕੀ ਕਰੀਏ, ਅਸੀਂ ਹੁਣ ਗੁਲਾਮੇ ਤੋਂ ਫੜ ਕੇ ਬਾਹਰ ਤਾਂ ਨਹੀਂ ਕੱਢ ਸਕਦੇ ਨਾ, ਉਹ ਤਾਂ ਈਵਨ ਕਿ ਸਾਡੀ ਗੱਲ ਵੀ ਨਹੀਂ ਪ੍ਰੋਪਰ ਸੁਣ ਰਹੇ। ਉਹ ਬਾਈ ਦੀ 17 ਤਰੀਕ ਦੀ ਟਿਕਟ ਸੀ, ਉਹ ਬਾਈ ਕੱਲ੍ਹ ਵੀ ਮੁੜਿਆ, ਅੱਜ ਵੀ ਮੁੜ ਰਿਹਾ, ਉਹਨੂੰ ਹਾਲੇ ਕੁਛ ਵੀ ਨਹੀਂ ਉਹਦਾ ਕੀਤਾ, ਅਸੀਂ ਵੀ ਜੇ ਕੱਲ੍ਹ ਦੀ ਟਿਕਟ ਲੈਣੇ ਨੇ ਕੱਲ੍ਹ ਨੂੰ ਫਿਰ ਕੈਂਸਲ ਹੋ ਗਈ, ਉਹਦਾ ਕੌਣ ਜ਼ਿੰਮੇਵਾਰ ਆ ਵੀਰੇ? ਇਹ ਸਾਰਿਆਂ ਨਾਲੋਂ ਬੇਕਾਰ ਏਅਰਲਾਈਨ ਆ ਵੀਰੇ, ਏਅਰ ਇੰਡੀਆ ਐਕਸਪ੍ਰੈਸ ਵਾਲੀ, ਸਾਰਿਆਂ ਨਾਲੋਂ ਬੇਕਾਰ ਲੈਂਗੁਏਜ ਆ। ਮੈਂ ਇਹੀ ਕਹਿਣਾ ਚਾਹੁੰਦਾ ਵੀ ਕਦੇ ਵੀ ਜ਼ਿੰਦਗੀ 'ਚ ਯੂਜ਼ ਹੀ ਨਾ ਕਰੋ, ਇਹਦਾ ਬਾਇਕਾਟ ਕੀਤਾ ਜਾਵੇ ਵੀਰੇ, ਕਦੇ ਨਾ ਯੂਜ਼ ਕਰੋ, ਸਾਰਿਆਂ ਨਾਲੋਂ ਬੇਕਾਰ ਆ। ਜਦ ਸਾਨੂੰ ਇੱਥੇ ਸਹੂਲਤਾਂ ਦਿੱਤੀਆਂ ਜਾਣ, ਸਾਨੂੰ ਇਹਨਾਂ ਨੂੰ ਪੱਕਾ ਦੱਸਣਾ ਇਹ ਵੀ ਸਾਡੀ ਤੁਹਾਡੀ 19 ਤਰੀਕ ਦੀ ਟਿਕਟ ਆ, ਅਤੇ ਤੁਸੀਂ 19 ਤਰੀਕ ਨੂੰ ਚੱਲ ਜਾਓਗੇ, ਅਤੇ ਜਿਹੜਾ ਸਾਡੇ ਉੱਥੇ ਦੁਬਈ 'ਚ ਨੁਕਸਾਨ ਹੋ ਰਿਹਾ ਉਹਦੀ ਵੀ ਸਾਨੂੰ ਭਰਪਾਈ ਕੀਤੀ ਜਾਵੇ।
ਕੁਛ ਵੀ ਨਹੀਂ ਦਿੱਤੀ ਜੀ, ਮੈਨੇਜਰ ਨਹੀਂ ਸਾਨੂੰ ਮਿਲ ਰਿਹਾ, ਮੈਨੇਜਰ ਦਾ ਨੇਮ ਨਹੀਂ ਸਾਨੂੰ ਪਤਾ ਲੱਗ ਰਿਹਾ ਵੀ ਕੌਣ ਆ ਉਹ, ਸਾਡੇ ਨਾਲ ਕੋਈ ਗੱਲ ਨਹੀਂ ਕਰ ਰਿਹਾ। ਚਲੋ ਠੀਕ ਹੈ, ਸਾਨੂੰ 8 ਘੰਟੇ ਪਹਿਲਾਂ 9 ਘੰਟੇ ਪਹਿਲਾਂ ਸਾਨੂੰ ਦੱਸ ਦੇਣ ਵੀ ਕੈਂਸਲ ਆ, ਅਸੀਂ ਠੀਕ ਹੈ ਘਰੇ ਹੀ ਰਹਿ ਪਾਂਗੇ, ਨਾ ਆਵਾਂਗੇ। ਜਦੋਂ ਅਸੀਂ ਇੱਥੇ ਪਹੁੰਚ ਗਏ ਸਾਨੂੰ ਉਦੋਂ ਮੈਸੇਜ ਆ ਰਿਹਾ ਵੀ ਤੁਹਾਡੀ ਕੈਂਸਲ ਹੋ ਗਈ, ਉਸ ਤੋਂ ਬਾਅਦ ਵੀ ਕਸਟਮਰ ਕੇਅਰ ਦਾ ਕੋਈ ਨੰਬਰ ਨਹੀਂ ਮਿਲ ਰਿਹਾ, ਇਹਨਾਂ ਦਾ ਕੋਈ ਗੱਲ ਨਹੀਂ ਕਰ ਰਿਹਾ, ਮੈਨੇਜਰ ਦੇ ਨਾਂ ਤੇ ਕੋਈ ਸਟਾਫ ਦਾ ਆ ਕੇ ਬੰਦਾ ਗੱਲ ਕਰ ਰਿਹਾ, ਉਤੋਂ ਵੀ ਇਹ ਕਹਿ ਰਿਹਾ ਵੀ ਮੈਂ ਏਅਰ ਇੰਡੀਆ ਤੋਂ ਨਹੀਂ, ਮੈਂ ਦੂਜੀ ਲਾਈਨ 'ਚੋਂ ਹਾਂ, ਉਹਦੇ ਨਾਲ ਅਸੀਂ ਕੀ ਗੱਲ ਕਰੀਏ ਜੀ ਹੁਣ? ਨਾਮ ਮੇਰਾ ਨਵਜੋਤ ਸਿੰਘ ਹੈ ਤੇ ਜਿਹੜੀ ਪੈਸੇਂਜਰ ਨੇ ਉਹ ਮੇਰੇ ਮਾਮਾ ਜੀ ਦਾ ਬੇਟਾ ਬੇਟੀ ਉਹਨਾਂ ਦੀ। ਜਾਣਾ ਕਿੱਥੇ? ਅਸੀਂ ਟੋਰਾਂਟੋ ਜਾਣਾ ਆ ਤੇ ਅਸੀਂ 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 ਟਿਕਟਾਂ ਕਰਾਈਆਂ, ਅਸੀਂ 5 ਜਣੇ ਆ, ਆਲਰੇਡੀ ਸਾਡੇ 5 ਲੱਖ ਤੋਂ ਉੱਪਰ ਦੀਆਂ ਟਿਕਟਾਂ ਹੋਈਆਂ ਤੇ ਹੁਣ ਅਸੀਂ ਜੇ ਦੁਬਾਰਾ ਕਰਾਉਂਦੇ ਪਏ ਹਾਂ ਸੋ ਆਡੀਆਂ 8-9 ਲੱਖ ਦੀਆਂ ਹੁੰਦੀਆਂ ਪਈਆਂ ਦੁਬਾਰਾ 5 ਜਣਿਆਂ ਦੀਆਂ, ਤੇ ਇਹ ਸਾਨੂੰ ਕਹਿੰਦੇ ਕਿ ਰੀਫੰਡ ਲੈ ਲਓ ਜਿਹੜਾ ਕਿ ਦੁਬਈ ਤੱਕ ਆ, ਅੰਮ੍ਰਿਤਸਰ ਤੋਂ ਦੁਬਈ ਤੱਕ, ਤੇ ਉਹਦਾ ਅਸੀਂ ਕੀ ਕਰਾਂਗੇ, ਕਿੰਨਾ ਜ਼ਿਆਦਾ ਸਾਨੂੰ ਘਾਟਾ ਪੈਂਦਾ ਪਿਆ ਹੈ। ਮੇਰਾ ਨਾਮ ਸਤਵੰਤ ਹੈ, ਮੈਂ ਲੁਧਿਆਣੇ ਦਾ ਰਹਿਣ ਵਾਲਾ, ਠੀਕ ਹੈ। ਮੇਰੇ ਕੋਲ ਟਿਕਟ ਆਏ ਇੰਡੀਆ ਦੀ ਤੇ ਸਾਨੂੰ ਇਹਨਾਂ ਨੇ ਕੋਈ ਇਨਫੋਰਮ ਨਹੀਂ ਕੀਤਾ ਵੀ ਤੁਹਾਡੀ ਕੋਈ ਫਲਾਈਟ ਕੈਂਸਲ ਹੋ ਰਹੀ ਹੈ ਵੈਦਰ ਕਰਕੇ, ਸਾਨੂੰ ਇਹਨਾਂ ਨੇ ਸਿਰਫ 1/2 ਘੰਟਾ ਪਹਿਲਾਂ ਇਨਫੋਰਮ ਕਰਤਾ ਵੀ ਤੁਹਾਡੀ ਫਲਾਈਟ ਕੈਂਸਲ ਆ, ਜਦਕਿ ਬੋਰਡਿੰਗ ਟਾਈਮ ਦਾ ਜਿਹੜਾ ਬੋਰਡਿੰਗ ਦਾ ਟਾਈਮ ਹੁੰਦਾ ਨਾ ਵੀਰੇ, ਫਲਾਈਟ ਤੋਂ 2 ਘੰਟੇ ਪਹਿਲਾਂ ਆਪਾਂ ਐਂਟਰ ਕਰਨਾ ਹੁੰਦਾ, ਕਿਉਂਕਿ ਆਪਾਂ ਵੀਰੇ ਬਹੁਤ ਪ੍ਰੋਸੀਜਰ ਹੁੰਦਾ, ਅਸੀਂ ਇਹਨਾਂ ਨੂੰ ਲਗਜ ਜਮ੍ਹਾਂ ਕਰਾਉਣੇ ਆ, ਬੋਰਡਿੰਗ ਪਾਸ ਲੈਣਾ, ਤਾਂ ਜਾ ਕੇ ਸਾਡੀ ਇਮੀਗ੍ਰੇਸ਼ਨ ਆਉਣੀ ਆ, ਤੁਸੀਂ 1/2 ਘੰਟਾ ਪਹਿਲਾਂ ਸਾਨੂੰ ਮੈਸੇਜ ਕਰ ਰਹੇ ਹੋ, 1/2 ਘੰਟੇ 'ਚ ਕੀ ਹੋ ਜੂਗਾ? ਅਸੀਂ ਜਦ ਇਹਨਾਂ ਦੇ ਇੱਥੇ ਸਰਵਿਸ ਸੈਂਟਰ ਦੇ ਵਿੱਚ ਪਹੁੰਚੇ, ਇਹਨਾਂ ਦਾ ਇੱਥੇ ਬਣਿਆ ਹੋਇਆ, ਉਹ ਸਾਨੂੰ ਕਹਿੰਦੇ ਰਿਫੰਡ ਲੈ ਲਓ, ਰਿਫੰਡ ਦਾ ਬ੍ਰਦਰ ਅਸੀਂ ਕੀ ਕਰਾਂਗੇ? ਸਾਡੇ ਬਿਜ਼ਨਸ ਆ ਉੱਥੇ, ਮੇਰੇ ਖੁਦ ਦੀ ਟਰਾਂਸਪੋਰਟ ਆ ਉੱਥੇ, ਸਾਡਾ ਐਡਾ ਬਿਜ਼ਨਸ ਚੱਲ ਰਿਹਾ ਵਾ, ਅਸੀਂ ਇੰਨੇ ਕੰਪਨੀ ਨੂੰ ਉੱਥੇ ਕੰਮ ਕਰ ਰਹੇ ਹਾਂ, ਜਦਕਿ ਉੱਥੋਂ ਅਦਰ ਫਲਾਈਟਾਂ ਸਪਾਈਸ ਜੈੱਟ ਹੋ ਗਈ, ਸਾਡੀ ਇੰਡੀਗੋ ਹੋ ਗਈ, ਜਦ ਉਹ ਆ ਜਾ ਰਹੀਆਂ ਵਾ, ਇਹਨਾਂ ਦੀ ਫਲਾਈਟ ਨੂੰ ਕੀ ਪ੍ਰੋਬਲਮ? ਜਦ ਮੈਂ ਇਹਨਾਂ ਨੇ ਮੈਨੇਜਰ ਨਾਲ ਗੱਲ ਕੀਤੀ, ਮੈਂ ਕਿਹਾ ਠੀਕ ਆ, ਅਗਰ ਤੈਨੂੰ ਕੋਈ ਪ੍ਰੋਬਲਮ ਆ ਤੂੰ ਸਾਨੂੰ ਜਿਹੜੀ ਕੱਲ੍ਹ ਜਿਹਨੂੰ ਤੂੰ ਅੱਜ ਜਿਹੜੇ ਬੰਦੇ ਭੇਜ ਰਿਹਾ ਜਾਂ ਅੱਜ ਦੀ ਡੇਟ ਦੇ ਤੇ ਕੋਲ ਟਿਕਟਾਂ, ਉਹਨੂੰ ਨੈਕਸਟ ਡੇ ਕਰਦੇ ਸਾਨੂੰ ਦੇ ਆਈ ਦੀਆਂ ਟਿਕਟਾਂ, ਕਿਉਂਕਿ ਸ਼ਡਿਊਲ ਵਾਈਜ਼ ਚੱਲ, ਕਹਿੰਦਾ ਨਹੀਂ ਮੈਂ ਉੱਦਾਂ ਨਹੀਂ ਕਰ ਸਕਦਾ, ਅਗਰ ਤੁਸੀਂ ਰਿਫੰਡ ਲੈਣਾ ਤਾਂ ਪੈਸੇ ਆਪਣੇ ਵਾਪਸ ਲੈ ਲਓ। ਸਰ ਅਸੀਂ ਪੈਸੇ ਲੈ ਕੇ ਕੀ ਕਰਾਂਗੇ? ਜੇ ਅਸੀਂ ਐਕਸਪੋਜ਼ ਕਰੋ ਤਾਂ 30,000 ਲੈ ਵੀ ਲਿਆ, ਮੈਨੂੰ ਇਹ ਨੈਕਸਟ 65,000 ਦੀ ਦੇ ਰਹੇ ਆ, ਤੇ ਤੁਸੀਂ ਦੱਸੋ ਮੈਂ 65,000 ਭਰੂੰਗਾ? ਜ਼ਿਆਦਾ ਸਾਨੂੰ ਦੱਸੇ ਨਾ, ਜਾਂ ਇੰਨੀਆਂ ਪਲੇਨਾਂ ਜਾ ਰਹੇ ਆ, ਇੰਨੇ ਪਲੇਨ ਜਾ ਰਹੇ, ਕਿਸੇ 'ਚ ਵੀ ਹਰੇਕ ਬੰਦੇ ਨੂੰ 2-2, 4-4 ਨੂੰ ਐਡਜਸਟ ਕਰਕੇ ਭੇਜਾਂ? ਇਹ ਸਰ ਏਅਰਲਾਈਨ ਦੀ ਹੁੰਦੀ ਆ, ਜਦੋਂ ਵੀ ਆਪਾਂ ਕੋਈ ਟਿਕਟ ਲੈਂਦੇ ਹਾਂ ਨਾ, ਇਹ ਸਾਰੀ ਰਿਸਪੋਂਸੀਬਿਲਟੀ ਉਸਦੀ ਹੁੰਦੀ ਆ, ਜਦੋਂ ਆਪਾਂ ਕੋਈ ਵੀ ਬਿਜ਼ਨਸ ਕਰਦੇ ਹਾਂ ਉਹ ਜਿੰਨਾ ਆਪਾਂ ਕਰਦੇ ਹਾਂ, ਜਿੰਨਾ ਡੀਲ ਕਰਦੇ ਹਾਂ, ਜੋ ਵੀ ਫੈਸਿਲਿਟੀ ਦੇਣੀ ਆ ਸਾਰੀ ਰਿਸਪੋਂਸੀਬਿਲਟੀ ਉਹਨਾਂ ਦੀ ਹੁੰਦੀ ਆ, ਨਾ ਇੰਨੇ ਬੰਦੇ ਖੜੇ ਆ ਕਿਸੇ ਬੰਦੇ ਨੂੰ ਕੋਈ ਚਾਹ ਪਾਣੀ ਦਾ ਰੇਂਜ ਹੈਗਾ, ਜਦਕਿ ਸਰ ਇੱਕ ਜਿਹੜੀ ਏਅਰਲਾਈਨ ਹੁੰਦੀ ਹੈ ਨਾ, ਏਅਰਲਾਈਨ ਦੇ ਵਿੱਚ ਅਗਰ ਕੋਈ ਵੀ ਤੁਹਾਡੀ ਡਿਲੇ ਹੁੰਦਾ ਜਾਂ ਕੋਈ ਵੀ ਹੁੰਦਾ, ਬਕਾਇਦਾ ਏਅਰਪੋਰਟ ਦੇ ਅੰਦਰ ਇੱਕ ਜਗ੍ਹਾ ਬਣੀ ਹੋਈ ਆ ਤੇ ਸਾਨੂੰ ਉੱਥੇ ਸਾਰੀ ਸਟੇ ਦੇਣ, ਜਿੰਨੇ ਦਿਨ ਅਸੀਂ ਇੱਥੇ ਰਹਿਣਾ ਸਾਡਾ ਰਹਿਣ ਖਾਣ ਦਾ ਜੋ ਵੀ ਖਰਚਾ ਆ ਏਅਰਲਾਈਨ ਪੇ ਕਰੇਗੀ, ਇੱਕ ਏਅਰਲਾਈਨ ਦੇ ਰੂਲ ਹੁੰਦੇ ਆ ਬ੍ਰਦਰ। ਇਹ ਤਾਂ ਇਹਨਾਂ ਦੇ ਮੈਨੇਜਰ ਨਾਲ ਬ੍ਰਦਰ ਸਾਡੀ ਗੱਲ ਹੋਈ ਸੀ, ਉਹਨੂੰ ਮੈਂ ਕਿਹਾ ਤੂੰ ਪਹਿਲੀ ਗੱਲ ਤਾਂ ਸਾਡੇ ਨਾਲ ਖੜ ਕੇ ਗੱਲ ਕਰ, ਅਸੀਂ ਤੇਰੇ ਨਾਲ ਗੱਲ ਕਰ ਰਹੇ ਹਾਂ ਨਾ ਇੱਕ ਵਧੀਆ ਤਰੀਕੇ ਨਾਲ, ਤੂੰ ਸਾਡੇ ਨਾਲ ਗੱਲ ਕਰ। ਉਹ ਕਹਿੰਦਾ ਮੇਰੇ ਕੋਲ ਆਪਸ਼ਨਾਂ ਹੀ ਦੋ ਆ, ਵੀ ਜਾਂ ਤੂੰ ਆਪਣੇ ਪੈਸੇ ਲੈ ਲਾ, ਮੈਂ ਕਿਹਾ ਠੀਕ ਹੈ ਅਗਰ ਤੂੰ ਰਿਫੰਡ ਕਰਨਾ ਫਿਰ ਮੈਨੂੰ ਡਬਲ ਕਰ, ਆਪਾਂ ਕੋਈ ਵੀ ਅਗਰ ਕਿਸੇ ਦਾ ਨੁਕਸਾਨ ਕਰਦੇ ਹਾਂ ਤਾਂ ਆਪਾਂ ਜਿਹੜੇ ਪੈਸੇ ਉਹ ਡਬਲ ਪੇ ਕਰਨੇ ਪੈਂਦੇ ਆ, ਅਸੀਂ ਵੀ ਅਗਰ ਕਿਸੇ ਦਾ ਨੁਕਸਾਨ ਕਰਦੇ ਨਾ ਸਰ ਉੱਤੇ, ਸਾਨੂੰ ਵੀ ਪੈਸੇ ਡਬਲ ਪੇ ਕਰਨੇ ਪੈਂਦੇ।
ਕਹਿੰਦਾ ਨਹੀਂ ਅਸੀਂ ਡਬਲ ਪੇ ਨਹੀਂ ਕਰਨੇ। ਮੈਂ ਕਿਹਾ ਡਬਲ ਪੇ ਨਹੀਂ ਕਰਨੇ ਠੀਕ ਆ, ਤੂੰ ਰੀਸ਼ਡਿਊਲ ਕਰ ਦੇ, ਤੂੰ ਅੱਜ ਦੀ ਨਹੀਂ ਕਰਨੀ ਤੂੰ ਕੱਲ੍ਹ ਦੀ ਕਰ ਦੇ, ਰੀਸ਼ਡਿਊਲ ਕਰਕੇ ਤੁਹਾਨੂੰ ਟਿਕਟਾਂ ਦੇ ਸਾਰਿਆਂ ਨੂੰ। ਕਹਿੰਦਾ ਮੈਂ ਕੱਲ੍ਹ ਦੀ ਨਹੀਂ ਕਰ ਸਕਦਾ, ਜਿਹੜੀ ਮੈਨੂੰ ਇਸ਼ੂ ਹੋਊਗੀ ਡੇਟ, ਐਕਸਪੋਜ਼ ਕਰੋ ਉਹਨੂੰ 10 ਦਿਨ ਬਾਅਦ ਦੀ ਇਸ਼ੂ ਹੋ ਰਹੀ ਹੈ ਡੇਟ। ਉਹ 10 ਦਿਨ ਜਿਹੜਾ ਅਸੀਂ ਉੱਥੇ ਰਹਿਣਾ, ਇੰਨੇ ਬੰਦੇ ਆਏ ਹੋਏ ਆ, ਇਹਨਾਂ ਦਾ ਖਰਚਾ ਕੌਣ ਚੱਕੇਗਾ? ਅਸੀਂ ਆਪਣੇ ਘਰੋਂ ਆਏ ਹਾਂ, ਟਰੈਵਲ ਕਰਕੇ ਆਏ ਹਾਂ, ਉਹਦੀ ਫੀਸ ਇੰਨਾ ਕੁਛ ਆਉਣ ਜਾਣ ਦਾ ਖਰਚਾ ਉਹ ਕੌਣ ਪੇ ਕਰੇਗਾ? ਜਦਕਿ ਏਅਰਲਾਈਨ ਦੀ ਰਿਸਪੋਂਸੀਬਿਲਟੀ ਆ ਬ੍ਰਦਰ ਇਹ ਚੀਜ਼ ਕਿ ਅਗਰ ਏਅਰਲਾਈਨ ਦੀ ਕੋਈ ਵੀ ਇਸ਼ੂ ਕਰਕੇ ਫਲਾਈਟ ਕੈਂਸਲ ਹੁੰਦੀ ਆ ਤਾਂ ਇਹ ਜੋ ਵੀ ਸਾਡਾ ਸਟੇ ਦਾ ਉਹਦੇ ਖਰਚਾ ਉਹ ਏਅਰਲਾਈਨ ਚੱਕੇ। ਟੋਟਲ ਕਿੰਨੇ ਜਾਣੇ ਜੀ ਵੀਰੇ? ਘੱਟੋ ਘੱਟ ਮੇਰੇ ਹਿਸਾਬ ਨਾਲ 35 ਤੋਂ 40 ਜਾਣੇ ਹੈਗੇ ਆ ਜਿਨ੍ਹਾਂ ਨੇ ਦੁਬਈ ਜਾਣਾ, ਉਹਦੇ ਵਿੱਚੋਂ 10 ਤੋਂ 15 ਜਾਣੇ ਇੱਦਾਂ ਦੇ ਵੀ ਬੈਠੇ ਆ ਜਿਨ੍ਹਾਂ ਨੇ ਸਟੇ ਕਰਕੇ ਗਾਂਹ ਕੈਨੇਡਾ ਜਾਣਾ, ਤੇ ਜਿਨ੍ਹਾਂ ਨੇ ਕੈਨੇਡਾ ਜਾਣਾ ਨਾ ਵੀਰੇ, ਕੈਨੇਡਾ ਦੀ ਟਿਕਟ 1 ਸਾਈਡ ਦੀ 2-2 ਲੱਖ ਰੁਪਏ ਦੀ ਆ। ਹਾਂ ਠੀਕ ਹੈ, 1 ਸਾਈਡ ਦੀ 2-2 ਲੱਖ ਰੁਪਏ ਦੀ ਇਹਨਾਂ ਦੀ ਟਿਕਟ ਆ ਵੀਰੇ, 1 ਸਾਈਡ ਦੀ। ਤਾਂ ਸੋਚੋ ਵੀਰੇ, ਜੇ ਇਹਨੇ 10 ਜਣੇ ਨੇ ਵੀ ਜਾਣਾ ਤਾਂ 20 ਲੱਖ ਰੁਪਇਆ ਹੋ ਗਿਆ ਵੀਰੇ।